सत श्री अकाल जी। अज की वीडियो आप बना लगे हैं जी बिजली के बिल के बारे के, क्योंकि पंजाब सरकार ने जो बिजली के रेट आ यूनिटा के रेट आ काफ़ी घट कर दिते आ। जिमें कि सब तो पहला तुसी भी खबर देखी होगी कि जो पहलियां 100 यूनिटा उहदे विच रेट तकरीबन 1 रुपया 49 पैसे के आसपास कह रहे हैं, जो 101 तो लैके 300 यूनिट तक उसका रेट अलग आ जी। यानी पहला ना 4 रुपए कहिंदे यूनिट घट कर दित्ती है, बाकी इह तां आउण वाले समें च पता लगेगा कि आपां नूं किन्ने रुपये यूनिट पैंदी आ। पर जो अज दी वीडियो बनाउण दा मेन विशा सीगा जी उह इह सी कि आपां नूं इह बिल आउंदा जी 2 महीने बाद। ते तकरीबन पिछे जी अक्सर ही इह चीज़ां वायरल भी हुंदियां रहिंदियां भी ये बिल महीने महीने का आना चाहिए ता कि जो सानू 100 यूनिट का फायदा मिल सके, जिमें कि पहली 100 यूनिट का। अज आपां इह ही गल क्लीयर करांगे जी कि इहदे विच की आपां नूं 100 यूनिट माफ हुंदी आ, यानी कि जो पहली 100 यूनिट आ उहदा आपां नूं कोई बेनीफिट, उहदा जो घट रेट का बेनीफिट आपां नूं मिलता जां नहीं मिलता। हुण इहदे विच वीडियो थोड़ी जी लंबी हो सकती है जी, काफ़ी वीर कह देंदे आ कि इन्नी वीडियो लंबी ना करिया करो, पर जो डिटेल देनी हो वीडियो थोड़ी लंबी हो जाती है जी। असल दे विच जिहड़ा भी आपां नूं ये 2 महीने का बिल आउंदा इहदे विच जिहड़ियां पहलियां 100 यूनिटां उहदा रेट अलग लगदा पहले महीने दियां। मान लो अपनी इत्थे 300 यूनिट बली पहले महीने, क्यों 2 महीने का बिल आ, जिहड़ी पहले महीने 300 यूनिट बली उहदी जिहड़ी पहली 100 यूनिट होगी उहदा आपां नूं रेट अलग लगना, जिहड़ी उस तों बाद आ यानी कि 101 तों लैके 300 तक उहदा रेट आपां नूं अलग लगेगा जी। अते जो उस तों अगला महीना आ गया दूसरा महीना उहदे विच वी इसे तरह हुंदा, जो पहली 100 यूनिट उहदा रेट अलग लगेगा ते उस तों जो अगली यूनिट आ उहदा रेट अलग आ 300 यूनिट तक। जे तुहाडी 300 यूनिट तों वी ज़्यादा बिजली मचदी आ ते उहदा रेट फिर तीजा जो तीजी स्लैब आ उहदे विच लगेगा। ਇਹਦੇ ਵਿੱਚ ਇੱਕ ਛੋਟਾ ਜਿਹਾ ਫਾਰਮੂਲਾ ਹੁੰਦਾ ਜੀ ਜਿਹਦੇ ਆਧਾਰ 'ਤੇ ਆਪਾਂ ਇਹ ਜਿਹੜੇ ਡਾਟਾ ਉਹ ਕੱਢ ਸਕਦੇ ਹਾਂ, ਅਤੇ ਇਹ ਜੋ ਫਾਰਮੂਲਾ ਮੈਂ ਤੁਹਾਨੂੰ ਇੱਕ ਵਾਈਟ ਬੋਰਡ ਦੇ ਉੱਤੇ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਤੁਸੀਂ ਵੀ ਆਪਣੇ ਜੋ ਬਿੱਲ ਦਾ ਡਾਟਾ ਉਹ ਦੇਖ ਸਕਦੇ ਹੋ। ਬਾਕੀ ਜੋ ਹੁਣ ਬਿੱਲ ਆ ਰਹੇ ਆ ਇਹਦੇ ਵਿੱਚ ਪੂਰੀ ਚੰਗੀ ਤਰ੍ਹਾਂ ਡਿਟੇਲ ਆਉਂਦੀ ਹੈ ਜੀ, ਪਹਿਲੇ ਬਿੱਲਾਂ ਦੇ ਵਿੱਚ ਆਪਾਂ ਨੂੰ ਪੂਰੀ ਡਿਟੇਲ ਨਹੀਂ ਮਿਲਦੀ ਸੀ। ਇਹਦੇ ਵਿੱਚ ਆਪਾਂ ਨੂੰ ਬਕਾਇਦਾ ਲਿਖਿਆ ਆਉਂਦਾ ਕਿ 0 ਤੋਂ ਲੈ ਕੇ 100 ਯੂਨਿਟ, ਜਿਵੇਂ ਤੁਸੀਂ ਇੱਥੇ ਸਕਰੀਨ 'ਤੇ ਵੇਖ ਸਕਦੇ ਹੋ, ਮੈਂ ਫੋਟੋ ਕੱਟ ਕੇ ਸਾਈਡ 'ਤੇ ਲਗਾ ਦਿੱਤੀ ਹੈ। ਇਹਦੇ ਵਿੱਚ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ 0 ਤੋਂ ਲੈ ਕੇ 100 ਯੂਨਿਟ ਆ ਜੋ ਉਹ 77 ਦਿਨਾਂ ਦਾ ਬਿੱਲ ਬਣਿਆ, 77 ਦਿਨਾਂ ਵਿੱਚ ਦੀ 257 ਯੂਨਿਟਾਂ ਆਈਆਂ ਜੀ। ਅਤੇ ਉਸ ਤੋਂ ਬਾਅਦ ਆ ਜੀ 101 ਤੋਂ ਲੈ ਕੇ 300 ਯੂਨਿਟ, ਜਿਹਦੇ ਵਿੱਚ ਕਿ 173 ਯੂਨਿਟਾਂ ਦੀ ਖਪਤ ਹੋਈ ਆ। ਉਸ ਤੋਂ ਅੱਗੇ ਤੁਸੀਂ ਵੇਖ ਸਕਦੇ ਹੋ ਕਿ ਇਹਦਾ ਜੋ ਰੇਟ ਲੱਗਾ ਹੋਇਆ ਪਹਿਲੀਆਂ 100 ਯੂਨਿਟਾਂ ਦਾ 3 ਰੁਪਏ 49 ਪੈਸੇ, ਜਿਸ ਦੀ ਕਿ ਕੀਮਤ ਬਣਦੀ ਆ 896 ਰੁਪਏ 93 ਪੈਸੇ, ਜਿਵੇਂ ਤੁਸੀਂ ਇਹਦੀ ਆਪਣੀ ਮੋਬਾਈਲ ਦੀ ਸਕਰੀਨ 'ਤੇ ਵੇਖ ਰਹੇ ਹੋ। 101 ਤੋਂ ਲੈ ਕੇ 300 ਯੂਨਿਟ ਆ ਉਹਦਾ ਜੋ ਅਲੱਗ ਲੱਗਾ ਹੋਇਆ ਰੇਟ, ਜਿਵੇਂ ਕਿ 173 ਯੂਨਿਟਾਂ ਦਾ 5 ਰੁਪਏ 84 ਪੈਸੇ, ਅਤੇ ਇਹਦੇ ਹਿਸਾਬ ਦੇ ਨਾਲ 1010, ਅਤੇ ਕੁੱਲ ਮਿਲਾ ਕੇ ਇਹ ਪਹਿਲੀਆਂ 100 ਯੂਨਿਟਾਂ ਅਤੇ ਉਸ ਤੋਂ ਬਾਅਦ ਵਾਲੀਆਂ ਯੂਨਿਟਾਂ ਦਾ ਰੇਟ ਬਣਿਆ ਜੀ 1907 ਰੁਪਏ। ਹੁਣ ਇਹ ਜਿਹੜਾ ਇਹ ਹੁੰਦਾ ਜੀ ਇਹ ਪ੍ਰੋ ਰਾਟਾ ਕਹਿੰਦੇ, ਇਹਨੂੰ ਪ੍ਰੋ ਰਾਟਾ ਬੇਸ ਦੇ ਉੱਤੇ ਇਸ ਨੂੰ ਬਿੱਲ ਨੂੰ ਬਣਾਇਆ ਜਾਂਦਾ, ਜਿਹਦੇ ਵਿੱਚ ਕਿ ਹਰ ਮਹੀਨੇ ਦੀਆਂ ਜੋ ਪਹਿਲੀਆਂ 100 ਯੂਨਿਟਾਂ ਉਹਨਾਂ ਦਾ ਰੇਟ ਅਲੱਗ ਲਗਾਇਆ ਜਾਂਦਾ। ਜਿੰਨਾ ਵੀ ਇਹ ਬਿੱਲ ਦੇ ਵਿੱਚ ਜੋ ਕੁਝ ਵੀ ਪੂਰੀ ਡਿਟੇਲ ਆ, ਮੈਂ ਇੱਕ ਇੱਕ ਜੀ ਦੀ ਪੂਰੀ ਵੀਡੀਓ ਬਣਾ ਕੇ ਆਪਣੇ ਦੂਸਰੇ ਫੇਸਬੁੱਕ ਪੇਜ 'ਤੇ ਪਾਈ ਹੋਈ ਆ, ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਨੂੰ ਮੈਂਸ਼ਨ ਵੀ ਕੀਤਾ ਹੋਇਆ @MrMechanical। ਤੁਸੀਂ ਇਹ ਜੇ ਪੂਰੀ ਡਿਟੇਲ ਚਾਹੀਦੀ ਆ ਤੁਹਾਨੂੰ ਬਿੱਲ ਦੀ, ਤਾਂ ਤੁਸੀਂ ਉਸ ਫੇਸਬੁੱਕ ਪੇਜ 'ਤੇ ਜਾ ਕੇ ਪੂਰੀ ਡਿਟੇਲ ਦੇਖ ਸਕਦੇ ਹੋ, ਕਿਉਂਕਿ ਕਿੰਨੇ ਤਰ੍ਹਾਂ ਦੇ ਆਪਾਂ ਨੂੰ ਉਸ ਵਿੱਚ ਟੈਕਸ ਪੈਂਦੇ ਆ, ਹਰ ਇੱਕ ਚੀਜ਼ ਮੈਂ ਉਹਦੇ ਵਿੱਚ ਦੱਸੀ ਹੋਈ ਆ ਜੀ। ਅਤੇ ਇਹ ਜੋ 100 ਯੂਨਿਟਾਂ ਵਾਲਾ ਫਾਰਮੂਲਾ ਉਹ ਮੈਂ ਤੁਹਾਨੂੰ ਵਾਈਟ ਬੋਰਡ 'ਤੇ ਜਾ ਕੇ ਦਿਖਾ ਦਿੰਦਾ ਜੀ। ਇਹਦੇ ਵਿੱਚ ਆਪਾਂ ਨੂੰ ਮੇਨ ਚੀਜ਼ਾਂ ਕੀ ਚਾਹੀਦੀਆਂ ਹੁੰਦੀਆਂ ਦੇਖਣ ਲਈ, ਸਭ ਤੋਂ ਪਹਿਲਾਂ ਤਾਂ ਜੀ ਆਪਣਾ ਜੋ ਬਿਜਲੀ ਦਾ ਬਿੱਲ ਹੈ ਕਿੰਨੇ ਦਿਨਾਂ ਦਾ ਬਣਿਆ ਹੋਇਆ। ਜਿਵੇਂ ਕਿ ਇਹ ਵਾਲਾ ਬਿੱਲ ਜਿਵੇਂ ਤੁਸੀਂ ਕੰਪਿਊਟਰ ਦੀ ਸਕਰੀਨ 'ਤੇ ਵੇਖ ਰਹੇ ਹੋ, ਇੱਥੇ ਲਿਖਿਆ ਹੋਇਆ ਡੇ 77, ਅਤੇ ਇਹ ਆਪਣੇ 77 ਦਿਨਾਂ ਦਾ ਬਿੱਲ ਆ ਜੀ ਕੰਪਲੀਟ, ਜੇ ਪੂਰਾ ਬਿੱਲ ਆ 77 ਦਿਨਾਂ ਦਾ। ਉਸ ਤੋਂ ਬਾਅਦ ਜਿਹੜੀ ਪਹਿਲੀ 100 ਯੂਨਿਟ ਆ ਉਹਦਾ ਇਸ ਬਿੱਲ ਦੇ ਵਿੱਚ ਜੋ ਰੇਟ ਆ 3 ਰੁਪਏ 49 ਪੈਸੇ ਆ,
ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਬਿਜਲੀ ਦੇ ਰੇਟ ਘਟਣੇ ਆ ਉਹ ਆਉਣ ਵਾਲੇ ਸਮੇਂ 'ਚ ਪਤਾ ਲੱਗਣਗੇ ਕਿ ਕੀ ਰੇਟ ਆਪਾਂ ਨੂੰ ਲੱਗ ਕੇ ਆਉਂਦੇ ਆ। ਜਿਹੜਾ ਇਹ ਵਾਲਾ ਬਿੱਲ ਆ ਇਹ ਯਾਨੀ ਕਿ 3.59 ਰੁਪਏ ਦੇ ਹਿਸਾਬ ਦੇ ਨਾਲ ਬਣਿਆ ਜੋ ਪਹਿਲੀ ਵਾਰ 100 ਯੂਨਿਟ ਆ। ਉਸ ਤੋਂ ਬਾਅਦ 101 ਤੋਂ ਲੈ ਕੇ 300 ਯੂਨਿਟ ਤੱਕ 5.84 ਰੁਪਏ। ਜੇ 301 ਤੋਂ ਲੈ ਕੇ ਉਸ ਤੋਂ ਅਗਲੀਆਂ ਯੂਨਿਟਾਂ ਆਉਂਦੀਆਂ ਉਹਦੀ ਜੋ ਸਲੈਬ ਰੇਟ ਆ ਉਹ ਅਲੱਗ ਹੋਵੇਗਾ ਜੀ। ਇਹਨੂੰ ਪ੍ਰੋ ਰਾਟਾ ਬੇਸ ਦੇ ਉੱਤੇ ਇਹ ਬਿੱਲ ਬਣਦਾ ਹੁੰਦਾ। ਇਹਦਾ ਇੱਕ ਛੋਟਾ ਜਿਹਾ ਫਾਰਮੂਲਾ ਮੈਂ ਤੁਹਾਨੂੰ ਇੱਥੇ ਵਿਖਾਉਣ ਲੱਗਾ ਜੀ। ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਕਿ ਪਹਿਲੀ ਵਾਰ 100 ਯੂਨਿਟ ਆਪਾਂ ਇੱਥੇ 100 ਯੂਨਿਟ ਲੈਣੀ ਹੈ ਜੀ। ਆਹ 100 ਯੂਨਿਟ ਆ, 100 ਯੂਨਿਟ। ਇਹਨੂੰ ਆਪਾਂ ਮਲਟੀਪਲਾਈ ਗੁਣਾ ਕੀਤਾ ਜੀ ਇਸ ਰੇਟ ਦੇ ਨਾਲ 3.59 ਰੁਪਏ। ਇਹਨੂੰ ਫਿਰ ਮਲਟੀਪਲਾਈ ਕੀਤਾ, ਕੈਲਕੂਲੇਟਰ ਤਾਂ ਤੁਸੀਂ ਦੇਖ ਸਕਦੇ ਹੋ, 77 ਦਿਨ ਆਹ ਵਾਲੇ ਦਿਨ ਜੋੜ ਤੇ ਜੀ, ਇਹ ਹੋ ਗਿਆ ਜੀ। ਉਸ ਤੋਂ ਬਾਅਦ ਆਪਾਂ ਇਸ ਨੂੰ ਭਾਗ ਦੇ ਦੇਣਾ, ਤਕਸੀਮ ਕਰ ਦੇਣਾ 30 ਦੇ, ਅਤੇ ਇਹਦਾ ਜੋ ਆਂਸਰ ਆਵੇਗਾ 897 ਰੁਪਈਏ ਆਪਾਂ ਨੂੰ ਰੇਟ ਪੈ ਗਿਆ ਜੀ। ਹਾਲਾਂਕਿ ਇਸ ਮਹੀਨੇ ਦੀ ਜੋ ਆਪਣੀ ਖਪਤ ਉਹ 430 ਯੂਨਿਟ ਆ ਜੀ, ਠੀਕ ਹੈ ਜੀ। 897 ਰੁਪਏ ਆਪਾਂ ਨੂੰ 77 ਦਿਨਾਂ ਦੇ ਬਿੱਲ ਦੇ ਵਿੱਚ ਪਹਿਲੀਆਂ 100 ਯੂਨਿਟਾਂ ਦੇ ਪਏ ਆ। ਬਾਕੀ ਉਸ ਤੋਂ ਬਿਨਾਂ ਸੀ ਜੀ 173 ਯੂਨਿਟ। ਇਹਨੂੰ ਆਪਾਂ 5.84 ਰੁਪਏ ਦੇ ਹਿਸਾਬ ਦੇ ਨਾਲ ਗੁਣਾ ਕੀਤਾ, ਉਹੀ ਫਾਰਮੂਲਾ ਲੱਗੇਗਾ, ਫਿਰ ਗੁਣਾ 77 ਜਿੰਨੇ ਦਿਨਾਂ ਦਾ ਬਿੱਲ ਆ ਅਤੇ ਉਸਨੂੰ ਭਾਗ ਦੇਤਾ 30 'ਤੇ, ਇਹਦਾ ਉੱਤਰ ਆ ਗਿਆ ਜੀ 1010। ਹੁਣ ਇਹ ਹੋ ਗਈਆਂ ਜੀ ਇੰਨਾ। ਹੁਣ ਆਪਾਂ ਥੋੜ੍ਹਾ ਜਿਹਾ ਥੱਲੇ ਆਉਂਦੇ ਹਾਂ। ਜਿਹੜਾ ਆਹ ਵਾਲਾ 897 ਰੁਪਏ ਬਣੇ ਸੀ, 897 ਰੁਪਏ ਨੂੰ ਆਪਾਂ ਤਕਸੀਮ ਦੇਵਾਂਗੇ 3.49 ਰੁਪਏ 'ਤੇ, ਅਤੇ ਜੋ ਆਪਣਾ ਉੱਤਰ ਆਵੇਗਾ ਜੀ 257। ਜੋ ਪਹਿਲੇ 100 ਯੂਨਿਟ ਦਾ ਸਲੈਬ ਆ ਉਹਦੇ ਵਿੱਚ 257 ਇਹ ਯੂਨਿਟਾਂ ਆ ਚੁੱਕੀਆਂ ਜੀ। ਉਸ ਤੋਂ ਬਾਅਦ ਅਗਲਾ ਆ ਗਿਆ ਜੀ ਇਹ ਵਾਲਾ 1010 ਰੁਪਏ। ਇਹਨੂੰ ਫਿਰ ਆਪਾਂ ਤਕਸੀਮ ਕਰਾਂਗੇ 5.84 ਰੁਪਏ ਯੂਨਿਟ ਦੇ ਹਿਸਾਬ ਦੇ ਨਾਲ, 172.94 ਯੂਨਿਟਾਂ ਦੀ ਖਪਤ ਆ ਗਈ। ਜਦੋਂ ਆਪਾਂ ਟੋਟਲ ਇਹਨਾਂ ਦਾ ਜੋੜ ਲਾਉਂਦੇ ਹਾਂ ਜੀ ਇਹ 430 ਯੂਨਿਟਾਂ ਬਣ ਚੁੱਕੀਆਂ ਜੋ ਕਿ ਆਪਣੇ ਬਿੱਲ ਦੇ ਵਿੱਚ ਲੱਗ ਚੁੱਕੀਆਂ ਜੀ। ਇਸ ਡਾਟੇ ਦੇ ਹਿਸਾਬ ਦੇ ਨਾਲ ਇਹ ਜੀ ਬਿੱਲ ਬਣਦਾ ਹੁੰਦਾ। ਬਾਕੀ ਜਿਵੇਂ ਮੈਂ ਵੀਡੀਓ 'ਤੇ ਪਹਿਲਾਂ ਵੀ ਕਹਿ ਚੁੱਕਿਆ, ਜੇ ਤੁਸੀਂ ਉਹ ਸਕਿੱਪ ਕਰ ਦਿੱਤਾ ਤਾਂ ਮੈਂ ਤੁਹਾਨੂੰ ਇੱਕ ਵਾਰੀ ਫਿਰ ਦੱਸਦਾ, ਇਸ ਬਿੱਲ ਦੀ ਮੈਂ ਪੂਰੀ ਡਿਟੇਲ ਇੱਕ ਇੱਕ ਚੀਜ਼ ਦੀ ਵੀਡੀਓ ਬਣਾ ਰੱਖੀ ਆ ਜੀ। ਉਹ ਆਪਣੇ ਮਿਸਟਰ ਮਕੈਨੀਕਲ ਫੇਸਬੁੱਕ ਪੇਜ ਦੇ ਉੱਪਰ ਹੈਗੀ ਆ। ਜੇ ਤੁਸੀਂ ਇਹ ਵੀਡੀਓ ਸਾਡੇ ਯੂਟਿਊਬ ਚੈਨਲ 'ਤੇ ਵੇਖ ਰਹੇ ਹੋ ਤਾਂ ਯੂਟਿਊਬ ਦੇ ਵਿੱਚ ਵੀਡੀਓ ਦੇ ਉੱਪਰ ਮੈਂ ਆਈ ਬਟਨ ਦਾ ਲਿੰਕ ਦਿੱਤਾ ਹੋਇਆ, ਤੁਸੀਂ ਉਸ 'ਤੇ ਕਲਿੱਕ ਕਰਕੇ ਇਸ ਬਿੱਲ ਦੀ ਪੂਰੀ ਡਿਟੇਲ ਜਾਣ ਸਕਦੇ ਹੋ ਜੀ। ਅੱਜ ਦੀ ਵੀਡੀਓ ਆਪਣੀ ਇੰਨੀ ਸੀ ਜੀ, ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।